KL Singha and Sons. KL Singha and Son, Sons. ਯਾਦ ਹੈ ਕਿਹੜੀ ਰੋਡ ਤੇ ਸੀ? ਹਾਂਜੀ, ਇਹ ਸੀ ਮਥੁਰਾ ਦਾਸਪੁਰੀ ਰੋਡ, ਮਥੁਰਾ ਦਾਸਪੁਰੀ ਚੌਂਕ, ਗਵਾਲ ਮੰਡੀ ਲਾਹੌਰ, ਗਵਾਲ ਮੰਡੀ ਲਾਹੌਰ। ਤੇ ਮਤਲਬ ਵੀ ਤੁਹਾਨੂੰ ਬੜਾ ਯਾਦ ਹੈ ਅੱਜ ਦਾ? ਸਾਰੀਆਂ ਪੁਰਾਣੀਆਂ ਗੱਲਾਂ ਯਾਦ ਹੈ ਅੱਜ ਵੀ? ਬਿਲਕੁਲ ਯਾਦ ਹੈ। ਔਰ ਅਸੀਂ ਉਹਦੇ ਸਾਡੇ ਲਾਗੇ ਦਿਆਲ ਸਿੰਘ ਕਾਲਜ ਪੈਂਦੇ ਸੀ, ਉਹਦੀਆਂ ਗਰਾਊਂਡਾਂ 'ਚ ਅਸੀਂ ਖੂਬ ਖੇਡਦੇ ਰਹੇ। ਲਾਹੌਰ ਤਾਂ ਸਾਡਾ ਬੜਾ ਇੱਕ ਸੁਨਹਿਰੀ ਟਾਈਮ ਸੀਗਾ ਜੀ। ਅਸੀਂ ਸਵੇਰੇ ਆਪਣਾ ਇੱਕ ਸੈਰ ਕਰਦੇ ਸੀ, ਜਿਹੜੇ ਕਿ ਮਾਲ ਰੋਡ, ਉੱਥੋਂ ਦਾ ਮੇਨ ਰੋਡ ਹੈ, ਮਾਲ ਰੋਡ 'ਤੇ ਜਾਣਾ। ਔਰ ਮਸਰੂਈ ਪਹਾੜੀਆਂ ਸਨ ਜਿਹੜੀਆਂ, ਖੂਬਸੂਰਤ ਪਹਾੜੀਆਂ ਸਨ ਉਹ ਚਿੜੀਆਘਰ ਦੇ ਵਿੱਚ, ਉੱਥੇ ਜਾ ਕੇ ਅਸੀਂ ਸੂਰਜ ਚੜ੍ਹਾਉਣਾ ਔਰ ਉਸ ਪਹਾੜੀਆਂ ਦੇ ਚੱਕਰ ਲਗਾਉਣੇ ਅਤੇ ਚਿੜੀਆਘਰ ਦੀ ਚੀਂ ਚੀਂ ਚਾਂ ਚਾਂ ਸੁਣਨੀ। ਫਿਰ ਬਾਅਦ ਜਾ ਕੇ ਅਸੀਂ ਰਸਤੇ ਵਿੱਚ ਹੀ ਇੱਕ ਬਹੁਤ ਅੱਛੀ ਦੁਕਾਨ ਸੀ ਜਿੱਥੇ ਕਾਫੀ ਚਾਹ ਅਤੇ ਹੋਰ ਸਾਰਾ ਕੁਝ, ਮਾਲ ਰੋਡ ਮੇਨ ਰੋਡ ਸੀ, ਔਰ ਉਹ ਇਸੇ ਗੱਲ ਲਈ ਬੜੀ ਖੂਬਸੂਰਤ ਸੀ ਕਿ ਬੜੀ ਸਫਾਈ ਨਾਲ ਉਹਨਾਂ ਨੇ ਬਣਾਉਣਾ, ਔਰ ਉਸ ਟਾਈਮ ਤਰੀਕਾ ਹੀ ਚਾਹ ਬਣਾਉਣ ਦਾ ਹੋਰ ਸੀ, ਕਾਫੀ ਦਾ ਵੀ ਹੋਰ ਸੀ, ਔਰ ਉਹ 'ਚ ਕਰੀਮ ਵਰਤੀ ਜਾਂਦੀ ਸੀ, ਦੁੱਧ ਨਹੀਂ ਵਰਤਦੇ। ਅੱਛਾ, ਉਹ ਉੱਥੇ ਅਸੀਂ ਬ੍ਰੇਕਫਾਸਟ ਕਰਨਾ। ਜਦੋਂ ਵਰਤਿਆ ਪਾਣਾ ਭਾਈਆਂ ਕੋਲੋਂ ਭਾਈ ਵਿਛੜ ਗਏ, ਇਹ ਵਿਛੜ ਗਿਆ ਨਨਕਾਣਾ, ਹੋ ਅੱਜ ਵੀ ਦਿਲ ਭਰ ਆਉਂਦਾ ਕਰ ਚੇਤੇ ਵਕਤ ਪੁਰਾਣੇ ਨੂੰ, ਸਾਬ ਪਨ ਗੋਡੇ ਖੁੱਲ ਜਾਏ ਬਾਡਰੀ, ਦਿਲ ਚਾਹੁੰਦਾ ਲਾਹੌਰ ਨੂੰ ਜਾਣੇ ਨੂੰ, ਹੋ ਦਿਲ ਚਾਹੁੰਦਾ ਲਾਹੌਰ ਨੂੰ ਜਾਣੇ ਨੂੰ। ਲਾਹੌਰ ਵਰਗਾ ਜਿਹੜੀ ਗੱਲ ਹੈ ਉਹ ਸੱਚਮੁੱਚ ਹੀ ਇੱਕ ਵੱਖਰੀ ਗੱਲ ਸੀ। ਹੁਣ ਅੱਜ ਤਾਂ ਪਤਾ ਨਹੀਂ ਉਹ ਚੀਜ਼ਾਂ ਹੈ ਕਿ ਨਹੀਂ ਹੈ, ਪਰ ਉਸ ਟਾਈਮ 'ਤੇ ਸਾਨੂੰ ਜੋ ਕੁਛ ਅਵੇਲੇਬਲ ਸੀ, ਸਾਡੇ ਖਾਣੇ ਨੂੰ ਜੋ ਦਿਲ ਕਰੇ, ਰਾਤ ਦੇ 12 ਵਜੇ ਅਗਰ ਕੀ ਕਰੇ, ਫਿਰ ਖਾਣੇ ਅਤੇ ਦੁਕਾਨਾਂ ਉੱਥੇ 24 ਘੰਟੇ ਖੁੱਲ੍ਹੀਆਂ ਰਹਿੰਦੀਆਂ ਸੀ। ਅੱਛਾ ਅੱਛਾ। ਅਤੇ ਸ਼ੌਪਕਰ ਨੇ ਉਸ ਵਕਤ ਦੌੜੇ ਜਾਣਾ ਔਰ ਲੈ ਕੇ ਆਉਣਾ। ਮੇਰੇ ਭਰਾ ਨੂੰ ਤਾਂ ਆਦਤ ਹੀ ਪੈ ਗਈ ਸੀ ਕਿ 12 ਵਜੇ ਉਸਨੇ ਉਹਨੂੰ ਕਹਿਣਾ ਬਰਫੀ ਲਿਆ, ਹੁਣ ਵੀ ਬਰਫੀ ਲਿਆਉਣੀ ਸੀ, ਮੈਨੂੰ ਉਹਨੇ ਠਾ ਕੇ ਕਹਿਣਾ। ਪਹਿਲਾਂ ਸਭ ਤੋਂ ਡੇਰਾ ਸਾਹਿਬ ਗੁਰਦੁਆਰੇ ਜਾਣਾ, ਮੱਥਾ ਟੇਕਣਾ। ਮੱਥਾ ਟੇਕਣ ਤੋਂ ਬਾਅਦ ਰਾਵੀ ਦੇ ਕੰਢੇ 'ਤੇ ਸਾਨੂੰ ਬੋਟ ਲੈ ਦੇਣ ਕਿ ਤੁਸੀਂ ਬੋਟ ਚਲਾਓ, ਅਤੇ ਆਪ ਉਹਨਾਂ ਸ਼ਦਾਰਾ ਸੀਗਾ ਰਾਵੀ ਤੋਂ ਪਾਰ, ਉੱਥੇ ਉਹਨਾਂ ਸ਼ਿਕਾਰ ਖੇਡਣਾ ਆਪਣੇ ਦੋਸਤਾਂ ਦੇ ਨਾਲ ਰਲ ਕੇ, ਅਤੇ ਸ਼ਾਮੀ ਫਿਰ ਸਾਨੂੰ ਉੱਥੋਂ ਲਿਆ ਕੇ, ਕਈ ਵਾਰਾਂ ਪ੍ਰੋਗਰਾਮ ਹੋਣਾ ਕਿ ਦਿਨ ਉਹਨਾਂ ਸਾਨੂੰ ਅਜਾਇਬ ਘਰ ਦਿਖਾ ਦੇਣਾ, ਕਿਸ ਟਾਈਮ ਸਾਨੂੰ ਉਹਨਾਂ ਨੇ ਹੋਰ ਚਿੜੀਆਘਰ ਜਾਂ ਹੋਰ ਚੀਜ਼ਾਂ ਦਿਖਾ ਲਈਆਂ। ਸਾਨੂੰ ਉੱਥੇ ਹਰ ਫੈਸਿਲਿਟੀ ਹਾਸਲ ਸੀ, ਲਾਹੌਰ ਦਾ ਟਾਈਮ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਜਿੰਨਾ ਅਸੀਂ। ਪੰਜਾਬੀ ਲਹਿਰ ਟੀਮ ਅੱਜ ਯੂਬਾ ਸਿਟੀ ਕੈਲੀਫੋਰਨੀਆ ਦੇ ਵਿੱਚ ਪਹੁੰਚੀ ਆ।
ਪੰਜਾਬੀ ਲਹਿਰ ਟੀਮ ਸਰੋਤਿਆਂ ਵਾਸਤੇ ਨਵੀਂ ਤੋਂ ਨਵੀਂ ਕਹਾਣੀ ਨਵੇਂ ਬਜ਼ੁਰਗਾਂ ਨਾਲ ਗੱਲਬਾਤ ਕਰੀਦੀ ਆ। ਗੱਲਬਾਤ ਕਰਨ ਦਾ ਸਾਡਾ ਮਕਸਦ ਇਹ ਆ ਵੀ ਕਿ ਜਿੰਦੀ ਜਾਗਦੀਆਂ ਮਿਸਾਲਾਂ ਲਿਖਣ ਵਾਲਿਆਂ ਨੇ ਬਹੁਤ ਕੁਛ ਲਿਖਿਆ, ਪਰ ਜੋ ਇਹਨਾਂ ਨੇ ਹੱਡ ਬੀਤੀ ਇਹਨਾਂ ਨੇ ਦੇਖਿਆ ਉਹਦੇ ਬਾਰੇ ਇਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਅੱਗੇ ਤੋਂ ਜੋ ਇਹਦੀਆਂ ਨਫ਼ਰਤਾਂ ਪਹਿਲਾਂ ਫੈਲੀਆਂ ਸੀ ਉਹ ਖਤਮ ਹੋਣ, ਪਿਆਰ ਨੂੰ ਵਧਾਈਏ। ਔਰ ਕਦੀ ਆਪਣਾ ਨਾਂ ਕੀ ਹੈ ਜੀ ਤੁਸੀਂ? ਮੇਰਾ ਨਾਂ ਹਰਵੰਤ ਸਿੰਘ ਹੈ। ਹਾਂਜੀ। ਔਰ ਹਰਵੰਤ ਸਿੰਘ ਢਿੱਲੋਂ ਕਰਕੇ ਚੱਲਦਾ ਆਫੀਸ਼ੀਅਲੀ। ਹਾਂਜੀ। ਔਰ ਸਾਹਿਤਿਕ ਮੇਰਾ ਨਾਂ ਜਿਹੜਾ ਹਰਵੰਤ ਸਿੰਘ ਜਗਿਆਸੂ ਹੈ। ਹਰਵੰਤ ਸਿੰਘ ਜਗਿਆਸੂ। ਜਗਿਆਸੂ, ਅੱਛਾ ਜੀ। ਵੀ ਤੁਹਾਡਾ ਕਿਹੜੇ ਸਾਲ ਜਨਮ ਹੋਇਆ ਜੀ? ਮੇਰਾ ਐਕਚੁਅਲੀ ਮੇਰੇ ਪਿਤਾ ਜੀ ਦੀ ਡਾਇਰੀ ਮੁਤਾਬਕ ਤਾਂ ਅਕਤੂਬਰ 10 1936 ਬਣਦੇ। 1936 ਅਤੇ ਤੁਹਾਡੀ ਏਜ ਇਸ ਟਾਈਮ 1983 ਹੋ ਗਈ, 82-83 ਦੀ ਉਮਰ ਸੀ। ਹਾਂ। ਅਤੇ ਜਦੋਂ ਆਪਣੇ 1947 ਦੇ ਵਿੱਚ ਅੱਤਵਾਦ ਹੋਏ ਆ ਅਤੇ ਤੁਸੀਂ ਉਦੋਂ ਮਤਲਬ ਕਿ 10-12 ਸਾਲ ਦੇ ਹੋਵੋਗੇ? 11 ਸਾਲ ਦੇ ਸੀ। ਤੁਹਾਨੂੰ ਪੂਰੀ ਸੁਰਤ ਸੀ? ਹਾਂਜੀ ਹਾਂਜੀ। ਅਤੇ ਤੁਹਾਡਾ ਜਨਮ ਕਿਹੜੀ ਜਗ੍ਹਾ ਹੋਇਆ ਜੀ? ਜਨਮ ਤੇ ਪਿੰਡ ਜਗਮਸਪੁਰ ਚ ਹੋਇਆ। ਕਿਹੜੀ ਕਿਹੜਾ ਜ਼ਿਲ੍ਹਾ? ਜ਼ਿਲ੍ਹਾ ਉਸ ਵੇਲੇ ਅੰਮ੍ਰਿਤਸਰ ਸੀਗਾ। ਅੱਛਾ ਜੀ। ਔਰ ਤਰਨ ਤਾਰਨ ਸਾਹਿਬ ਤੋਂ ਇਹ ਕੋਈ 3-4 ਮੀਲ ਦੇ ਪਿੰਡ ਹੈ। ਪਿੰਡ, ਅੱਛਾ ਜੀ। ਔਰ ਇਹ ਪਿੰਡ ਦੀ ਥੋੜ੍ਹਾ ਜਿਹਾ ਇਤਿਹਾਸਿਕ ਵੀ ਹੈ। ਇਹ ਲੰਗਾਹ ਢਿੱਲੋਂ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣੇ ਸਨ। ਹਾਂਜੀ। ਔਰ ਉਸ ਤੋਂ ਬਾਅਦ ਉਹ ਇਲਾਕਾ ਸਾਰਾ ਉਹਨਾਂ ਦਾ ਹੀ ਸੀ ਅਤੇ ਉਹਨਾਂ ਦੇ ਪੁੱਤਰ ਸਨ ਜਗਮਸਤ। ਤੇ ਤੁਸੀਂ ਆਪਣੇ ਆਪਣਾ ਪਰਿਵਾਰ ਪਾਕਿਸਤਾਨ ਵਿੱਚ ਵੀ ਜਿਹੜਾ ਇਸ ਟਾਈਮ ਪਾਕਿਸਤਾਨ ਹੈ, ਪਹਿਲਾਂ ਤਾਂ ਪੰਜਾਬ ਵਿੱਚ ਸੀ, ਆਪਣੇ ਵੀ ਪਾਕਿਸਤਾਨ ਵਿੱਚ ਵੀ ਤੁਹਾਡਾ ਕੀ ਸੀ, ਉੱਧਰ ਵੀ ਰਿਹਾਇਸ਼ ਹੋਈ ਕਿ ਨਹੀਂ? ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਉਦੋਂ ਤਾਂ ਪਾਕਿਸਤਾਨ ਹੀ ਬਣਿਆ ਸੀਗਾ ਜਦੋਂ ਅਸੀਂ ਲੈਲਪੁਰ ਸਾਡੇ ਭੂਆ ਜੀ ਫੋਕਰ ਜੀ ਸਨ। ਅੱਛਾ ਜੀ। ਅਤੇ ਉਹਨਾਂ ਕੋਲ ਜਾ ਕੇ ਅਸੀਂ ਪਹਿਲੀ ਜਮਾਤ ਉੱਥੋਂ ਪਾਸ ਕੀਤੀ ਉਸ ਪਿੰਡ ਤੋਂ। ਉਹ ਪਿੰਡ ਸੀ 72 ਗਾਹਬੇ ਕਰਕੇ ਲਾਣਾ ਸ਼ੁਰੂ ਹੁੰਦਾ ਸੀ, ਉਰਦੂ ਦੇ ਲਫ਼ਜ਼ ਨੇ ਜੀਵੀ ਕਰ ਜੀਵੀ। ਹਾਂਜੀ। 72 ਚੱਕ। 72 ਚੱਕ, ਇਹਦਾ ਮਤਲਬ ਤੁਹਾਡਾ ਬਚਪਨ ਜਨਮ ਹੋਇਆ ਤਰਨ ਤਾਰਨ ਲਾਗੇ ਜੀ, ਤੇ ਤੁਸੀਂ ਜਿਹੜੀ ਵਿੱਦਿਆ ਕੀਤੀ ਉਹ ਲਾਲਪੁਰ ਤੋਂ ਕੀਤੀ ਆ, ਜਿਹਨੂੰ ਫੈਸਲਾਬਾਦ ਕਹਿੰਦੇ ਆ। ਹਾਂਜੀ ਹਾਂਜੀ। ਹਾਂ, ਉੱਥੇ ਅਸੀਂ ਇਸ ਕਰਕੇ ਗਏ, ਸਾਡੀ ਮਾਤਾ ਜੀ ਦੀ ਡੈਥ ਹੋ ਗਈ। ਅੱਛਾ ਜੀ। ਭੂਆ ਜੀ ਨੂੰ ਪਾਲਿਆ? ਅਤੇ ਫਿਰ ਅਸੀਂ ਉਸ ਬਾਅਦ ਭੂਆ ਜੀ ਕੋਲ ਗਏ। ਹਾਂਜੀ। ਪਰ ਉੱਥੇ ਵੀ ਅਸੀਂ ਸਮਝੋ ਕਿ ਬਹੁਤ ਚਿਰ ਨਹੀਂ ਰਹੇ, 2-3 ਸਾਲ ਹੀ ਰਹੇ। ਉਦੋਂ ਬਾਅਦ ਸਾਡੇ ਪਿਤਾ ਜੀ ਨੇ ਆ ਕੇ ਲਾਹੌਰ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ, ਆਯੁਰਵੈਦਿਕ ਦਵਾਈਆਂ ਬਣਾਉਣ ਦਾ। ਅੱਜ ਵੀ ਵੈਸੇ ਪਾਕਿਸਤਾਨ ਦੇ ਵਿੱਚ ਸਰਦਾਰਾਂ ਦੇ ਬਹੁਤ ਇਹੋ ਜਿਹੇ ਕੰਮ ਹੈਗੇ ਆ, ਸ਼ਾਹਪੁਰ ਵਿੱਚ, ਨਨਕਾਣਾ ਸਾਹਿਬ ਵਿੱਚ, ਮਤਲਬ ਤੁਸੀਂ ਪਹਿਲਿਆਂ ਚੋਂ ਆ ਜੀ। ਹਾਂਜੀ ਹਾਂਜੀ। ਹਕੀਮ ਵੀ ਕਹਿੰਦੇ ਜੀ ਉਹਨਾਂ ਨੇ ਐਕਚੁਅਲੀ ਲਾਹੌਰ ਇਹ ਜਿਹੜਾ ਸੀ ਇਹ ਕਲਕੱਤੇ ਉਹ ਪਹਿਲਾਂ ਇਸ ਤੋਂ ਬਿਜ਼ਨਸ ਸ਼ੁਰੂ ਕੀਤਾ ਸੀ ਅਤੇ ਉਹਨਾਂ ਨੇ ਹੋਟਲ ਬਿਜ਼ਨਸ ਸੀ ਅਤੇ ਉਸ ਵਿੱਚ ਕੁਛ ਸਵਾਮੀ ਇਹਨਾਂ ਨੂੰ ਟੱਕਰੇ ਅਤੇ ਉਹ ਪੁਰਾਣੀਆਂ ਨੁਸਖਿਆਂ ਦੇ ਉੱਤੇ ਇਹਨਾਂ ਨੇ ਕਰਦੇ ਫਿਰ ਉਹਨਾਂ ਨੂੰ ਆ ਕੇ ਤਰਨ ਤਾਰਨ ਸਾਹਿਬ ਵੀ ਸ਼ੁਰੂ ਕੀਤਾ। ਤਰਨ ਤਾਰਨ ਛੋਟੀ ਜਗ੍ਹਾ ਸੀ ਅਤੇ ਲਾਹੌਰ ਕਾਮਯਾਬ ਸਨ ਸਾਰੇ ਨੁਸਖੇ ਔਰ ਉਹਨਾਂ ਦਾ ਬਿਜ਼ਨਸ ਕਾਫੀ ਉਸ ਵਕਤ ਅੰਦਰ ਤੋਂ ਵੀ ਉਸ ਵਕਤ ਕੰਪੀਟਿੰਗ ਸੀਗਾ, ਅੰਦਰ ਸਾਡੇ ਨਾਲ ਚੱਲ ਰਿਹਾ ਸੀ। ਇਹ ਬੜੀ ਛੇਤੀ ਪਾਪੂਲਰ ਹੋ ਗਈ ਸਾਰੀ ਵਰਲਡ। ਨਾਂ ਕੀ ਸੀ? ਕੇਐਲ ਸਿੰਘਾ ਐਂਡ ਸੰਸ। ਕੇਐਲ ਸਿੰਘਾ ਐਂਡ ਸੰਸ ਪੈਟਰੀਅਨ। ਯਾਦ ਹੈ ਕਿਹੜੀ ਰੋਡ ਤੇ ਸੀ? ਹਾਂਜੀ, ਇਹ ਸੀ ਮਥੁਰਾ ਦਾਸਪੁਰੀ ਰੋਡ, ਮਥੁਰਾ ਦਾਸਪੁਰੀ ਚੌਂਕ, ਗਵਰਨਮੈਂਟੀ ਲਾਹੌਰ। ਗਵਰਨਮੈਂਟੀ ਲਾਹੌਰ। ਤੇ ਮਤਲਬ ਵੀ ਤੁਹਾਨੂੰ ਬੜਾ ਯਾਦ ਹੈ ਅੱਜ ਹੈ ਸਾਰੀ ਪੁਰਾਣੀ ਗੱਲਾਂ ਯਾਦ ਹੈ ਅੱਜ ਵੀ? ਬਿਲਕੁਲ ਯਾਦ ਹੈ। ਔਰ ਅਸੀਂ ਉਹਦੇ ਨਾਲ ਸਾਡੇ ਲਾਗੇ ਦਿਆਲ ਸਿੰਘ ਕਾਲਜ ਪੈਂਦਾ ਸੀ, ਉਹਦੀਆਂ ਗਰਾਊਂਡਾਂ 'ਚ ਅਸੀਂ ਖੂਬ ਖੇਡਦੇ ਰਹੇ। ਲਾਹੌਰ ਤਾਂ ਸਾਡਾ ਬੜਾ ਇੱਕ ਸੁਨਹਿਰੀ ਟਾਈਮ ਸੀਗਾ ਜੀ। ਅਸੀਂ ਸਵੇਰੇ ਆਪਣਾ ਇੱਕ ਸੈਰ ਕਰਦੇ ਸੀ ਜਿਹੜੇ ਕਿ ਮਾਲ ਰੋਡ, ਉੱਥੋਂ ਦਾ ਮੇਨ ਰੋਡ ਹੈ, ਮਾਲ ਰੋਡ 'ਤੇ ਜਾਣਾ। ਔਰ ਮਸਰੂਈ ਪਹਾੜੀਆਂ ਸਨ ਜਿਹੜੀਆਂ ਖੂਬਸੂਰਤ ਪਹਾੜੀਆਂ ਸਨ ਉਹ ਚਿੜੀਆਘਰ ਦੇ ਵਿੱਚ, ਉੱਥੇ ਜਾ ਕੇ ਅਸੀਂ ਸੂਰਜ ਚੜ੍ਹਾਉਣਾ ਔਰ ਉਸ ਪਹਾੜੀਆਂ ਦੇ ਚੱਕਰ ਲਗਾਉਣੇ ਅਤੇ ਚਿੜੀਆਘਰ ਦੀ ਚੀਂ ਚੀਂ ਚਾਂ ਚਾਂ ਸੁਣਨੀ। ਫਿਰ ਬਾਅਦ ਜਾ ਕੇ ਅਸੀਂ ਰਸਤੇ ਵਿੱਚ ਹੀ ਇੱਕ ਬਹੁਤ ਅੱਛੀ ਦੁਕਾਨ ਸੀ
ਜਿੱਥੇ ਕਾਫੀ ਚਾਹ ਤੇ ਹੋਰ ਸਾਰਾ ਕੁਛ ਉਸ ਟਾਈਮ ਦੁਕਾਨ ਦਾ ਨਾਂ ਤਾਂ ਮੈਨੂੰ ਪਤਾ ਨੀ, ਚੌਂਕ ਚੌਂਕ ਦਾ ਵੀ ਨੀ ਪਤਾ, ਪਰ ਮਾਲ ਰੋਡ ਦੇ ਉੱਪਰ ਸੀ, ਮਾਲ ਰੋਡ ਮੇਨ ਰੋਡ ਸੀ। ਔਰ ਉਹ ਇਸੇ ਗੱਲ ਲਈ ਬੜੀ ਖੂਬਸੂਰਤ ਸੀ ਕਿ ਬੜੀ ਸਫਾਈ ਨਾਲ ਉਹਨਾਂ ਨੇ ਬਣਾਉਣਾ, ਔਰ ਉਸ ਟਾਈਮ ਤਰੀਕਾ ਚਾਹ ਬਣਾਉਣ ਦਾ ਹੋਰ ਸੀ, ਕਾਫੀ ਦਾ ਵੀ ਹੋਰ ਸੀ, ਔਰ ਉਹ 'ਚ ਕਰੀਮ ਵਰਤੀ ਜਾਂਦੀ ਸੀ, ਦੁੱਧ ਨਹੀਂ ਵਰਤਦੇ ਸੀ। ਉਹ ਉੱਥੇ ਅਸੀਂ ਬ੍ਰੇਕਫਾਸਟ ਕਰਨਾ, ਉਦੋਂ ਬਾਅਦ ਫਿਰ ਆ ਕੇ ਨਹਾ ਧੋ ਕੇ ਫਿਰ ਸਾਨੂੰ ਨੌਕਰ ਨੇ ਸਕੂਲ ਛੱਡ ਕੇ ਆਉਣਾ। ਸਾਡੇ ਨਜ਼ਦੀਕ ਸਕੂਲ ਪੈਂਦਾ ਸੀ ਸਨਾਤਨ ਧਰਮ ਸਕੂਲ, ਔਰ ਉੱਥੇ ਪਹਿਲਾਂ ਤਾਂ ਅਸੀਂ ਦੋ ਮਾਤਾ ਉਰਦੂ ਪੜ੍ਹੀਆਂ ਸੀਗੀਆਂ, ਔਰ ਫਿਰ ਉਹਨਾਂ ਨੇ ਸਾਨੂੰ ਹਿੰਦੀ ਸ਼ੁਰੂ ਕਰਾ ਲਏ, ਅਤੇ 2 ਸਾਲ ਅਸੀਂ ਫਿਰ ਉਹ ਹਿੰਦੀ ਵੀ ਪੜ੍ਹੀ ਸਨਾਤਨ ਧਰਮ ਸਕੂਲ। ਅੱਗੇ ਦੱਸੋ ਇੱਕ ਵਾਰੀ ਲਾਹੌਰ ਦੇ ਵਿੱਚ ਤੁਹਾਨੂੰ ਯਾਦ ਆਉਂਦੀ ਜਾਣ ਦਿਲ ਕਰਦਾ ਅੱਜ ਵੀ? ਲਾਹੌਰ ਵਰਗਾ ਜਿਹੜੀ ਗੱਲ ਹੈ ਉਹ ਸੱਚਮੁੱਚ ਹੀ ਇੱਕ ਵੱਖਰੀ ਗੱਲ ਸੀ। ਹੁਣ ਅੱਜ ਤਾਂ ਪਤਾ ਨਹੀਂ ਉਹ ਚੀਜ਼ਾਂ ਹੈ ਕਿ ਨਹੀਂ ਹੈ, ਪਰ ਉਸ ਟਾਈਮ 'ਤੇ ਸਾਨੂੰ ਜੋ ਕੁਛ ਅਵੇਲੇਬਲ ਸੀ। ਇੱਕ ਗੱਲ ਤੁਹਾਨੂੰ ਦੱਸੀ ਸਵੇਰ ਦੀ, ਉਸ ਤੋਂ ਬਾਅਦ ਇਹ ਸੀ ਕਿ ਅਸੀਂ ਰੋਜ਼ਾਨਾ ਸਵੇਰੇ ਸਾਨੂੰ ਜੋ ਪਹਿਨਣਾ ਖਾਣਾ, 3 ਵਜੇ ਸਾਡੀ ਡਰੈਸਾਂ ਬਦਲਣੀਆਂ, ਸਾਡੇ ਖਾਣੇ ਨੂੰ ਜੋ ਦਿਲ ਕਰੇ, ਰਾਤ ਦੇ 12 ਵਜੇ ਅਗਰ ਕੀ ਕਰੇ ਬਰਫੀ ਖਾਣੀ ਤਾਂ ਦੁਕਾਨਾਂ ਉੱਥੇ 24 ਘੰਟੇ ਖੁੱਲ੍ਹੀਆਂ ਰਹਿੰਦੀਆਂ ਸੀ। ਅਤੇ ਸ਼ੌਕਰ ਨੇ ਉਸ ਵਕਤ ਦੌੜੇ ਜਾਣਾ ਔਰ ਲੈ ਕੇ ਆਉਣਾ। ਮੇਰੇ ਭਰਾ ਨੂੰ ਤਾਂ ਆਦਤ ਹੀ ਪੈ ਗਈ ਸੀ ਕਿ 12 ਵਜੇ ਉਸਨੇ ਉਹਨੂੰ ਕਹਿਣਾ ਬਰਫੀ ਲਿਆ, ਬਾਕੀਆਂ ਕੋਲ ਕੁਛ ਹੋਵੇ ਨਾ ਹੋਵੇ, ਪਰ ਸਾਡੇ ਕੋਲ ਰੇਡੀਓ ਵੀ ਸੀ ਤੇ ਉਹ ਮਸ਼ੀਨ ਜਿਹੜੀ ਤਵਿਆਂ ਵਾਲੀ ਚੱਲਦੀ ਸੀ। ਹੋਰ ਜਿਹੜੀ ਮੇਨ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਵੀਕਐਂਡ ਤੇ ਉਹਨਾਂ ਨੇ ਕਾਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਲੈ ਕੇ ਰਾਵੀ ਦੇ ਕੰਢੇ, ਪਹਿਲਾਂ ਸਭ ਤੋਂ ਡੇਰਾ ਸਾਹਿਬ ਗੁਰਦੁਆਰੇ ਜਾਣਾ ਮੱਥਾ ਟੇਕਣਾ, ਮੱਥਾ ਟੇਕਣ ਤੋਂ ਬਾਅਦ ਰਾਵੀ ਦੇ ਕੰਢੇ ਅਤੇ ਸਾਨੂੰ ਬੋਟ ਲੈ ਦੇਣ ਕਿ ਤੁਸੀਂ ਬੋਟ ਚਲਾਓ, ਅਤੇ ਆਪ ਉਹਨਾਂ ਸ਼ਦਾਰਾ ਸੀਗਾ ਰਾਵੀ ਤੋਂ ਪਾਰ, ਉੱਥੇ ਉਹਨਾਂ ਸ਼ਿਕਾਰ ਖੇਡਣਾ ਆਪਣੇ ਦੋਸਤਾਂ ਦੇ ਨਾਲ, ਅਤੇ ਸ਼ਾਮੀ ਫਿਰ ਸਾਨੂੰ ਉੱਥੋਂ ਲਿਆ ਕੇ ਕਈ ਵਾਰਾਂ ਪ੍ਰੋਗਰਾਮ ਹੋਣਾ ਕਿ ਕਿਹੜੇ ਦਿਨ ਮੈਂ ਸਾਨੂੰ ਅਜਾਇਬ ਘਰ ਦਿਖਾ ਦੇਣਾ, ਕਿਸੇ ਕਿਸ ਟਾਈਮ ਸਾਨੂੰ ਉਹਨਾਂ ਨੇ ਹੋਰ ਚਿੜੀਆ ਘਰ ਜਾਂ ਹੋਰ ਚੀਜ਼ਾਂ ਦਿਖਾ ਲਈਆਂ। ਸਾਨੂੰ ਉੱਥੇ ਹਰ ਫੈਸਿਲਿਟੀ ਹਾਸਲ ਸੀ, ਲਾਹੌਰ ਦਾ ਟਾਈਮ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਜਿੰਨਾ ਅਸੀਂ ਇੰਜੋਏ ਕੀਤਾ। ਇਹਨੂੰ ਦੱਸਿਆ ਕਿ ਤੁਹਾਡਾ ਬਚਪਨ ਸੀ ਲਾਹੌਰ ਵਿੱਚ, ਤੁਹਾਨੂੰ ਅੱਜ ਵੀ ਯਾਦ ਆਉਂਦਾ ਜੀ, ਬੜਾ ਖੂਬਸੂਰਤ ਨਜ਼ਾਰੇ ਸੀ, ਇੱਕੋ ਫੈਮਿਲੀ ਵੱਲੋਂ ਪੂਰੀ ਸਹੂਲਤਾਂ ਸੀਗੀਆਂ। ਇਹ 1947 ਜਦੋਂ ਪਾਕਿਸਤਾਨ ਅਤੇ ਇੰਡੀਆ ਬਣਿਆ, ਹਾਂਜੀ, ਉਦੋਂ ਇਹ ਇੰਨੇ ਕਤਲੇਆਮ ਕਿਉਂ ਹੋਇਆ? ਉਦੋਂ ਮਤਸਬ ਸੀ ਦੋਨਾਂ ਪਾਸੇ ਸ਼ੁਰੂ ਹੋ ਗਿਆ, ਔਰ ਪ੍ਰਚਾਰ ਵੀ ਕੋਈ ਇਹੋ ਜਿਹਾ ਸੀ, ਆਰੀਆ ਸਮਾਜੀਆਂ ਦਾ ਵੱਖਰਾ ਸੀ, ਮੁਸਲਿਮ ਲੀਗੀਆਂ ਦਾ ਵੱਖਰਾ ਸੀ, ਅਤੇ ਰੋਜ਼ ਜਲੂਸ ਨਿਕਲਦੇ ਸਨ, ਨਾਰੇ ਸੁਣਨ ਨੂੰ ਮਿਲਦੇ ਸੀ, ਕੋਈ ਗਾਂਧੀ ਦੇ ਖਿਲਾਫ਼, ਕੋਈ ਜਿੰਨਾ ਦੇ ਖਿਲਾਫ਼, ਅਤੇ ਰੋਜ਼ ਉੱਥੇ ਸਾਨੂੰ ਇਹ ਹੁੰਦਾ ਸੀ ਕਿ ਤੁਸੀਂ ਜਾਇਓ ਨਾ, ਬੜੀਆਂ ਕਈ ਵਾਰਾਂ ਜਲੂਸ ਨਿਕਲਣੇ ਆਉਂਦੀ ਹੈ ਕੁਛ ਹੋਣਾ, ਅਤੇ ਮਾੜੀਆਂ ਗੱਲਾਂ ਵੀ ਚੰਗੀਆਂ ਸੁਣਨ ਨੂੰ ਮਿਲਦੀਆਂ, ਔਰ ਸਾਨੂੰ ਬੜਾ ਆਕਰਸ਼ਣ ਕੀਤਾ ਜਾਂਦਾ ਸੀ, ਔਰ ਸਾਨੂੰ ਬੜੀ ਪ੍ਰੋਟੈਕਸ਼ਨ ਹੁੰਦੀ ਸੀ ਇਹ ਹਰ ਗੱਲ ਦੀ, ਪਰ ਕੁਦਰਤ ਜੋ ਕਰਦੀ ਹੈ ਉਹ ਵੱਖਰਾ ਹੀ ਹੈ। ਸਾਡੇ ਲਈ ਉਹ ਇਹੋ ਜਿਹਾ ਟਾਈਮ ਆਇਆ ਕਿ ਉਹ ਜਿਹੜਾ ਉੱਪਰ ਥੱਲੇ ਹੋ ਗਿਆ, ਪਹਾੜ ਡੁੱਬ ਕੇ ਸਮੁੰਦਰ 'ਚ ਜਾ ਡੁੱਬੇ, ਸਮੁੰਦਰ ਤਾਂ ਆ ਗਿਆ। ਇਹ ਕਿਉਂ ਕਿ ਉਦੋਂ ਸਾਡੇ ਵਾਸਤੇ ਇਹ ਹੋਇਆ ਕਿ ਬੇਸ਼ੱਕ ਸਾਡੇ ਕੋਲ ਨੌਲੇਜ ਬੜਾ ਕਾਫੀ ਸੀ, ਅਸੀਂ ਸਫ਼ਰ ਕਰ ਸਕਦੇ ਸੀ, ਇਕੱਲੇ ਵੀ ਸਫ਼ਰ ਕਰ ਸਕਦੇ ਸੀ, ਪਿੰਡ ਅਸੀਂ ਹਰ 2-3 ਮਹੀਨੇ ਚੱਕਰ ਮਾਰਦੇ ਸੀ, ਔਰ ਆਪਣੇ ਸਾਨੂੰ ਸਾਰਿਆਂ ਨਾਲ ਮਿਲਣ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਇਹਨਾਂ ਨਾਲ ਮਿਲੋ, ਇਹ ਤੁਹਾਡੇ ਭੈਣ ਭਰਾ ਨੇ, ਅਤੇ ਅਸੀਂ ਕਹਿੰਦੇ ਕਿ ਇਹ ਗੰਦੇ ਬੜੇ ਰਹਿੰਦੇ ਆ, ਉਹ ਕਹਿੰਦੇ ਗੰਦੇ ਨਹੀਂ ਹੈ, ਬਹੁਤ ਚੰਗੇ ਨੇ, ਅਤੇ ਉਹ ਮੁੜ ਕੇ ਕੋਈ ਗੱਲ ਨਹੀਂ ਤੁਹਾਡੇ ਕੱਪੜੇ ਅਸੀਂ ਬਦਲ ਦਿਆਂਗੇ, ਤੁਸੀਂ ਇਹਨਾਂ ਨਾਲ ਖੇਡੋ। ਅੰਕਲ ਜੀ, ਇੱਕ ਦੱਸਿਓ ਮੈਨੂੰ, ਜਦੋਂ ਆਪਣੇ ਤੁਸੀਂ ਦੋਨਾਂ ਮੁਸਲਿਮ ਲੀਗ ਦੇ ਅਤੇ ਸਨਾਤਨ ਧਰਮ ਨੇ ਮੁਜ਼ਾਹਰੇ ਕਰਨੇ, ਉਹ ਆਪਣਾ ਪ੍ਰਚਾਰ ਕਰਦੇ ਸੀ, ਉਹ ਆਪਣਾ ਪ੍ਰਚਾਰ ਕਰਦੇ ਸੀ, ਇਹ ਯਕਦਮ ਵੱਡ ਵਡਾਂਗਾ ਕਿਉਂ ਸ਼ੁਰੂ ਹੋਇਆ? ਜਿਹੜਾ ਵੱਡ ਵਡਾਂਗਾ ਫਿਰ ਨਫ਼ਰਤ ਪੈਦਾ ਕਰਦੇ ਸੀ, ਇਹ ਸਾਰੇ ਅਖਬਾਰਾਂ ਵੀ ਨਫ਼ਰਤ ਪੈਦਾ ਕਰਦੀਆਂ ਸੀ। ਅੱਛਾ, ਅਖਬਾਰਾਂ ਵੀ ਗਲਤ ਲਿਖੀਆਂ ਸੀਗੀਆਂ? ਹਾਂਜੀ, ਉਸ ਵਕਤ ਬਹੁਤ ਜ਼ਿਆਦਾ ਨਫ਼ਰਤ, ਕਿਉਂਕਿ ਕੋਈ ਮਾਸਟਰ ਤਾਰਾ ਸਿੰਘ ਨੂੰ
ਨਾਲ ਚੱਲਦੇ ਸੀ, ਕੋਈ ਉਹਨਾਂ ਦੇ ਖਿਲਾਫ ਬਹੁਤ ਸਾਰੇ ਚੱਲਦੇ ਸੀ। ਇਸੇ ਤਰ੍ਹਾਂ ਹੀ ਮੁਸਲਿਮ ਲੀਗ ਦੇ ਜਿਹੜੇ ਸਨ ਉਹ ਗਾਂਧੀ ਦੇ ਨਾਂ ਲੈ ਕੇ ਉਸਨੂੰ ਬਹੁਤ ਬੁਰਾ ਭਲਾ ਨਾਰੇ ਲਗਾਉਂਦੇ ਸਨ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਦੂਸਰੇ ਸਨ ਉਹ ਜਿਨ੍ਹਾਂ ਦਾ ਨਾਂ ਲੈ ਕੇ ਇਹ ਕਰਦੇ ਸਨ। ਔਰ ਜ਼ਿਆਦਾ ਜ਼ਹਿਰ ਫੈਲਾਉਣ 'ਚ ਉਸ ਵਕਤ ਦੀਆਂ ਜਿਹੜੀਆਂ ਅਖਬਾਰਾਂ ਸੀ ਆਰੀਆ ਸਮਾਜ ਦੀਆਂ, ਇਹਨਾਂ ਨੇ ਬੜਾ ਕੰਮ ਕੀਤਾ। ਤੁਹਾਡਾ ਕਹਿੰਦਾ ਮਤਲਬ ਆਰੀਆ ਸਮਾਜ ਦੀ ਅਖਬਾਰ ਸੀ, ਉਹਨਾਂ ਨੇ ਨਫ਼ਲ ਬਹੁਤ ਪ੍ਰਚਾਰ ਬਹੁਤ ਕੀਤਾ ਨਫ਼ਲ ਫੈਲਾਉਣ ਦੇ ਵਿੱਚ। ਇਹ ਕੀ ਆਪਣੇ ਧਰਮ ਦਾ ਨਾਂ ਲੈ ਕੇ ਨਫ਼ਲ ਫੈਲਾਈ, ਮਤਲਬ ਵੀ ਕੋਈ ਜਾਤ ਪਾਤ ਦਾ ਮਸਲਾ ਸੀ ਵੀ ਕੋਈ? ਵੈਸੇ ਇਹੀ ਸੀ ਜ਼ਿਆਦਾ ਕਰਕੇ ਧਰਮ ਦਾ ਨਾਂ ਲੈ ਕੇ ਹੀ, ਧਰਮ ਦਾ ਨਾਂ ਲੈ ਕੇ ਕੰਮ ਹੋਇਆ। ਔਰ ਇੱਥੋਂ ਤੱਕ ਗੱਲ ਆ ਗਈ ਕਿ ਜਿਹੜੇ ਇੱਕ ਦੂਸਰੇ ਤੋਂ ਬਗੈਰ ਜਿਉਂਦੇ ਨਹੀਂ ਸਨ ਨਾ, ਆਪਸ 'ਚ ਭਾਈਚਾਰਾ ਇੰਨਾ ਵਧਿਆ ਹੋਇਆ ਸੀ, ਇੱਥੋਂ ਤੱਕ ਕਿ ਸਾਡਾ ਜਿਹੜੀ ਜ਼ਮੀਨ ਹੈ ਉਹ ਇੱਕ ਮੁਸਲਮਾਨ ਦਾ ਬੁੱਧੂ ਸੀ ਉਹਦਾ ਨਾਂ, ਉਹ ਆਉਂਦਾ ਸੀ ਔਰ ਉਹਨੂੰ ਇੰਨਾ ਯਕੀਨ ਸੀ ਕਿ ਮੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ। ਮਗਰ ਬਾਅਦ ਵਿੱਚ ਉਹ ਇੰਨਾ ਡਰਿਆ ਜਦੋਂ ਦੇਖਿਆ ਕਿ ਬਾਕੀਆਂ ਨਾਲ ਬਹੁਤ ਬੁਰਾ ਹਾਲ ਹੋਇਆ, ਅਤੇ ਉਹ ਰਾਤੋਂ ਰਾਤ ਦੌੜ ਗਿਆ ਅਤੇ ਜਾ ਕੇ ਉਹਨੇ ਸਾਨੂੰ ਚਿੱਠੀ ਲਿਖ ਕੇ ਦੱਸਿਆ ਕਿ ਮੈਂ ਡਰ ਦੇ ਬਾਰੇ ਛੱਡ ਕੇ ਆ ਗਿਆ। ਅਤੇ ਮਤਲਬ ਇਹ ਹੈ ਕਿ ਲੋਕ ਛੋਟੇ ਛੋਟੇ ਲਾਲਚ ਦੇ ਪਿੱਛੇ, ਕਿਉਂਕਿ ਉਹ ਬੁੱਧ ਦੇ ਭਰਾ ਦੀ ਫੈਮਿਲੀ ਸਾਰੀ ਲੋਕਾਂ ਨੇ ਵਿਸ਼ਵਾਸ ਦਵਾ ਕੇ ਨਾਲ ਕਹੀਂ ਛੱਡ ਆਉਂਦੇ ਹਾਂ ਅਤੇ ਰਾਹ 'ਚ ਲੁੱਟ ਲਏ। ਸਾਡੇ ਲਾਗੇ ਪਿੰਡ ਭੋਜੀਆਂ ਪੈਂਦਾ ਸੀ, ਉਹ ਉੱਥੇ ਅੱਗਾਂ ਲੱਗਦੀਆਂ ਅਸੀਂ ਵੇਖੀਆਂ, ਅਸੀਂ ਉੱਥੋਂ ਦੀਆਂ ਬੀਬੀਆਂ ਔਰਤਾਂ ਦੇ ਨਾਲ ਵਧੀਕੀ ਛੋਟੇ ਬੜੇ ਮਾੜੇ ਕੰਮ ਸਾਨੂੰ ਨਜ਼ਰ 'ਚ ਆਏ ਔਰ ਸਾਡੇ ਲੋਕ ਉਸ ਵੇਲੇ ਉਹਨਾਂ ਨੂੰ ਮਾਰਨ ਲਈ ਕਿਸ ਤਰ੍ਹਾਂ ਜਾਂਦੇ ਸਨ ਜਾਂ ਉਹ ਆਉਂਦੇ ਸਨ। ਅਤੇ ਡਰ ਇੰਨਾ ਸੀ ਕਿ ਸਾਡੇ ਲਾਗੇ ਨੂਰ ਦੀ ਪਿੰਡ ਹੈ, ਜਬਸਪੁਰ ਦੀ ਗੱਲ, ਅਸੀਂ ਜਦੋਂ ਪਾਕਿਸਤਾਨ ਬਣਨ ਤੋਂ ਕੁਝ ਮਹੀਨੇ ਪਹਿਲਾਂ ਪਿੰਡ ਆ ਗਏ ਸੀ। ਇਹ ਪਿੰਡ ਆ ਕੇ ਸਾਡੇ ਮਕਾਨ ਦੀ ਉਹ ਦੂਸਰੀ ਛੱਤ ਪੈਣੀ ਸੀਗੀ ਅਤੇ ਉਹਦੇ ਲਈ ਇੱਟਾਂ ਇਕੱਠੀਆਂ ਸਨ, ਉਹ ਸਾਰੇ ਛੱਤਾਂ 'ਤੇ ਲੈ ਲਈਆਂ ਕਿ ਜਦੋਂ ਕੋਈ ਹਮਲਾ ਹੋਊਗਾ ਇੱਕ ਦੂਸਰੇ ਦੇ, ਡਰ ਰਹਿੰਦਾ ਸੀ ਕਿ ਹਮਲਾ ਕਰਨਗੇ ਮੁਸਲਮਾਨ ਨਾਲ ਸਾਡੇ ਲੋਕਾਂ ਦੇ ਕਰਨਗੇ ਅਤੇ ਸਾਡੇ ਲੋਕ ਉਹਨਾਂ ਦੇ ਕਰਨਗੇ, ਸਾਰਿਆਂ ਨੂੰ ਇੱਕ ਦੂਸਰੇ ਦਾ ਡਰ ਬਣਿਆ। ਅਤੇ ਉਹ ਉਸ ਟਾਈਮ 'ਤੇ ਇੱਥੋਂ ਤੱਕ ਵੀ ਸੀ ਕਿ ਕੋਈ ਜਾ ਕੇ ਨੂਰ ਦੀ ਜਵਾਨੀ ਚੜਾ ਆਇਆ, ਉਹ ਆਪਣੇ ਮਿੱਤਰਾਂ ਨੂੰ ਆ ਕੇ ਕਹਿੰਦਾ ਕਿ ਚੱਲ ਗਈ ਖੋਟੀ ਸੀ, ਅਤੇ ਉਹ ਸਾਰੇ ਰੌਲਾ ਪੈ ਗਿਆ ਕਿ ਚੱਲ ਗਈ ਪਤਾ ਨਹੀਂ ਫਿਰ ਗੋਲੀ ਚੱਲ ਗਈ। ਇਸ ਤਰ੍ਹਾਂ ਕਈ ਵਾਰ ਕਈ ਵਾਕਿਆ ਬਣ ਕਿਸੇ ਦੇ ਸ਼ਰਾਬ ਨਾਲ ਕੋਈ ਵੀ ਵਾੜ ਆਈ ਕੋਈ ਵੀ, ਹਾਂ ਪਿੰਡ ਆ ਕੇ ਅਸੀਂ ਬਹੁਤ ਕੁਛ ਦੇਖਿਆ। ਪਿੰਡ ਕੀ ਤੜੇ ਹੋਇਆ ਜੀ? ਪਿੰਡ ਅੱਗਾਂ ਲੱਗੀਆਂ ਸਾਡੇ ਲਾਗੇ, ਪਿੰਡ ਦੇ ਵਿੱਚ ਲੁੱਟੇ ਗਏ ਸਾਡੇ ਮੁਸਲਮਾਨ ਔਰ ਉਹ ਜਾ ਕੇ ਤਰਨ ਤਾਰਨ ਦੀ ਇੱਕ ਕੋਠੀ ਹੁੰਦੀ ਸੀ ਇਹਨਾਂ ਦੀ ਬੜੀ ਤਕੜੀ, ਮੁਸਲਮਾਨਾਂ ਦੇ ਮੁਸਲਮਾਨਾਂ ਨੂੰ ਕਿਵੇਂ ਲੁੱਟਿਆ? ਲੁੱਟੇ ਗਏ ਬਣ ਗਏ ਸੰਸਾਰੀ ਵੀ ਆਪਣੇ ਵੀ ਕੋਈ ਸਿੱਖ ਸੀ ਕੋਈ ਕੌਮ ਸੀ ਆਪਣੇ ਸਿੱਖ ਕਹਿ ਲਓ, ਸਿੱਖ ਸਿੱਖ ਤਾਂ ਕਦੇ ਕਿਸੇ ਨੂੰ ਕੋਈ ਲੁੱਟਦਾ ਹੀ ਨਹੀਂ। ਹਾਂਜੀ, ਉਹ ਲੋਕ ਲਾਲਚ ਦੇ ਮਾਰੇ ਕੋਈ ਵੀ ਲੋਕ ਬਦਮਾਸ਼ ਕਰਦਾ ਸੀ, ਸਾਰੇ ਲੋਕ ਹੀ ਬਦਮਾਸ਼ੀ 'ਤੇ ਆ ਗਏ, ਹਵਾ ਹੀ ਇਹੋ ਜਿਹੀ ਚੱਲੀ ਹੋਈ ਸੀ, ਬਹੁਤੇ ਲੋਕ ਲਾਲਚ ਵਿੱਚ ਆ ਗਏ, ਬਦਮਾਸ਼ੀ ਵਿੱਚ ਆ ਗਏ, ਇੱਕ ਦੂਸਰੇ ਨੂੰ ਖਤਰਾ ਇੱਕ ਦੂਸਰੇ ਤੋਂ ਬਣ ਚੁੱਕਾ ਸੀ, ਸ਼ੱਕ ਵੀ ਬਣ ਚੁੱਕਾ ਸੀ, ਕੋਈ ਕਿਸੇ ਵਿਸ਼ਵਾਸ ਨਹੀਂ ਸੀ, ਵਿਸ਼ਵਾਸ ਉੱਡ ਗਿਆ। ਸੋ ਉਸਨੇ ਬੜਾ ਨੁਕਸਾਨ ਕੀਤਾ ਅਤੇ ਲੋਕਾਂ ਉਸ ਤੋਂ ਬਾਅਦ ਹਾਲਤ ਵੀ ਸਾਰਿਆਂ ਦੀ ਮਾੜੀ ਹੋਈ, ਜਿਹੜੇ ਹੁਣ ਉੱਧਰੋਂ ਆਏ ਉੱਧਰ ਸਰਦਾਰੀਆਂ ਭੋਗਦੇ ਸਨ, ਹੁਣ ਅਸੀਂ ਲਾਇਲਪੁਰ ਰਹਿ ਕੇ ਆਏ, ਲਾਇਲਪੁਰ ਦੇ ਵਿੱਚ ਪੱਤਰਚਾਰ, ਅਤੇ ਉਦੋਂ ਸਾਨੂੰ ਪਤਾ ਹੈ ਕਿ ਖੁੱਲ੍ਹੀਆਂ ਜ਼ਮੀਨਾਂ ਖੁੱਲ੍ਹੇ ਸਾਰਾ ਕੁਛ ਅਤੇ ਖਾਣ ਪੀਣ ਨੂੰ ਵੀ ਖੁੱਲ੍ਹਾ, ਅੱਜ ਇੱਥੇ ਆ ਕੇ ਇੰਨੀਆਂ ਤੰਗੀਆਂ ਸਾਰਿਆਂ ਨੇ ਸਹੀਆਂ ਕਿ ਗੱਲ ਛੱਡ ਦਿਓ। ਆਪਣੇ ਅੰਦਰ ਆਪਾਂ ਲਾਲਪੁਰ ਦੀ ਗੱਲ ਕਰਦੇ ਹਾਂ ਕਿ 72 ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਸੀ ਉੱਥੇ ਤੁਹਾਡੇ ਕੋਲ ਮੁਸਲਮਾਨ ਵੀ ਦੋਸਤ ਜਿਹਨਾਂ ਦਾ ਨਾਂ ਯਾਦ ਹੈ ਕਿ ਸਾਡੇ ਟੀਚਰ ਸਨ, ਕੀ ਨਾਮ ਸੀ ਉਹਨਾਂ ਦਾ? ਟੀਚਰ ਦਾ ਨਾਂ ਤਾਂ ਯਾਦ ਨਹੀਂ ਗਿਆ ਪਰ ਉਹਦੀਆਂ ਮੈਨੂੰ ਸੋਟੀਆਂ ਯਾਦ ਹੈ, ਸੋਟੀਆਂ ਯਾਦ ਹੈ। ਅੱਛਾ, ਆਪਣੇ ਕੋਲ ਕਲਾਸ ਵਿੱਚ ਮੁੰਡੇ ਪੜ੍ਹਦੇ ਸੀ ਉਹਨਾਂ ਦੇ ਨਾਂ ਯਾਦ ਪੜ੍ਹਦੇ ਛੱਪੜ ਦੇ ਕੰਡੇ ਔਰ ਕਲਾਸ ਲਾਉਣੀ, ਹਾਂਜੀ, ਤੇ ਜਿਹਦੇ ਕੋਈ ਗਲਤ ਹੋਣਾ ਤੇ ਉਹਦੇ ਉਹਨੂੰ ਫਿਰ ਪੁੱਠਾ ਹੱਥ ਕਰਕੇ ਸੋਟੀ, ਅਜੇ ਤੱਕ ਉਹ ਯਾਦ ਹੈ ਟੀਚਰ ਦਾ ਨਾਂ ਨਹੀਂ ਯਾਦ, ਸੋਟੀਆਂ ਯਾਦ, ਸੋਟੀਆਂ ਯਾਦ ਹੈ।
ਤੇ ਤੁਹਾਡਾ ਕੋਈ ਮਿੱਤਰ ਮੁਸਲਮਾਨ ਵੀਰ ਪਾਕਿਸਤਾਨ ਗਿਆ ਰਹਿੰਦਾ ਤੁਹਾਨੂੰ ਯਾਦ ਅੱਜ ਵੀ ਮਿਲਣਾ ਚਾਹੁੰਦੇ ਹੋ? ਦੇਖੋ ਉਦੋਂ ਸਾਡੀ ਜਿਹੜੀ ਉਮਰ ਸੀ, ਜਿਹੜੇ ਸਾਡੇ ਦੋਸਤ ਵੀ ਸੀਗੇ ਸਕੂਲਾਂ ਦੇ, ਉਹ ਪਤਾ ਨੀ ਕੀ ਹੋਇਆ ਉਹਨਾਂ ਨੂੰ, ਨਾ ਨੀ ਯਾਦ ਯਾਦ, ਪਰ ਇੰਨਾ ਹੈ ਕਿ ਸਾਡੀ ਕਲਾਸ ਜਿਹੜੀ ਹੈ ਉਹਨਾਂ 'ਚ ਸਾਡਾ ਬੜਾ ਪਿਆਰ ਸੀ। ਕਾਰਨ ਇਹ ਕਿ ਸਾਨੂੰ ਜੇਬ ਖਰਚ ਬੜਾ ਕਾਫੀ ਖੁੱਲ੍ਹਾ ਮਿਲਦਾ ਸੀ ਉਸ ਟਾਈਮ 'ਤੇ, 5 ਰੁਪਏ ਤੱਕ ਸਾਨੂੰ ਦੇ ਦੇਣੇ ਅਤੇ ਕਹਿਣਾ ਖਰਚ ਕੇ ਆਓਗੇ ਤਾਂ ਕੱਲ੍ਹ ਨੂੰ ਮਿਲਣਗੇ, ਜੇ ਨਹੀਂ ਖਰਚੋਗੇ ਤਾਂ ਨਹੀਂ ਮਿਲਣਗੇ। ਉਹਦੇ ਲਈ ਫਿਰ ਅਸੀਂ ਇਹ ਕਰਨਾ ਕਿ ਫੀਸ ਕਰ ਦਿਓ ਅਤੇ ਜਿਹਦੀ ਕੋਈ ਲੋੜ ਦੀ ਚੀਜ਼ ਹੈ ਉਹਨੂੰ ਕਹਿਣਾ ਤੇਰੇ ਕੋਲ ਨਹੀਂ ਹੈ ਤਾਂ ਦੁਬਾਰਾ ਮੈਂ ਆਹ ਲੈ ਲਾ ਕਾਪੀ ਲੈ ਆਇਆ ਤੂੰ ਉਹ ਲੈ ਲਾ। ਜੇ ਤੁਹਾਨੂੰ ਅੱਜ ਲੈ ਜਾਈਏ ਤੁਹਾਡੇ ਬਹੁਤ ਚੱਕ ਫੈਸਲਾਬਾਦੀਆਂ ਨੂੰ ਕਹਿੰਦੇ ਆ, ਤੁਸੀਂ ਆਪਣੇ ਭੂਆ ਦਾ ਘਰ ਪਛਾਣ ਲਓਗੇ? ਉਹ ਘਰ ਜੇ ਉੱਦਾਂ ਦਾ ਹੋਊਗਾ ਤਾਂ ਪਛਾਣਾਂਗੇ, ਨਹੀਂ ਗਲੀਆਂ ਰਸਤੇ ਤੋਂ ਜਿੱਤੇ ਆ। ਹਾਂ ਹਾਂ ਬਿਲਕੁਲ ਯਾਦ ਆਉਂਦੇ ਆ, ਬਿਲਕੁਲ ਭੁੱਲਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਅਤੇ ਪਹਿਲਾਂ ਤੁਸੀਂ ਸਾਰੇ ਪਿਆਰ ਦਾ ਰਹਿੰਦੇ ਸੀ ਉੱਧਰ, ਉਹ ਛੱਡ ਕੇ ਮੈਂ ਦੱਸਦੇ ਹਾਂ ਕਿ 55 ਵਿੱਚ ਸਾਨੂੰ ਇੱਕ ਮੌਕਾ ਮਿਲਿਆ ਬਾਕੀ ਦਾ, ਮੈਂ ਇਸ ਦੀ ਲਾਹੌਰ। ਅੱਛਾ ਜੀ। ਅਤੇ ਉਦੋਂ ਮੈਂ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਕਾਲਜ ਸੀ। ਅੱਛਾ ਜੀ। ਅਤੇ ਅਸੀਂ ਫਿਰ ਉੱਥੋਂ ਗਏ 1955 ਵਿੱਚ, ਉਦੋਂ ਹਾਕੀ ਕਰਕੇ ਸਾਰਿਆਂ ਨੂੰ ਵੀਜ਼ਾ ਮਿਲ ਰਿਹਾ ਕਿ ਜਾਓ ਹਾਕੀ ਮੈਚ ਦੇਖਣ ਲਈ, ਕਾਫੀ ਲੋਕ ਜਾ ਰਹੇ ਸਨ ਅਤੇ ਮੈਂ ਵੀ ਗਏ। ਅਤੇ ਉੱਥੇ ਜਾ ਕੇ ਜਿਹੜੇ ਮੇਰੇ ਨਾਲ ਦੇ ਸਨ ਉਹਨਾਂ ਨੂੰ ਇਹ ਸੀ ਕਿ ਮੈਂ ਉਹਨਾਂ ਨਾਲ ਰਹਾਂ, ਉਹ ਮੁੰਨੇ ਸਨ ਕਿ ਉਹਦੇ ਨਾਲ ਸਰਦਾਰਾਂ ਨੂੰ ਬਹੁਤ ਇੱਜ਼ਤ ਦਿੰਦੇ, ਫਰੀ ਲੈ ਜਾਣਾ ਟਾਂਗੇ ਤੇ ਚਲੋ ਸਾਨੂੰ ਘੁੰਮਾ ਕੇ ਲੈ ਲੈਣੀ। ਤੇ ਉਹ ਮੈਂ ਕਿਹਾ ਵੀ ਮੈਂ ਨੀ ਤੁਹਾਡੇ ਨਾਲ ਬੈਠ ਸਕਦੇ, ਹੁਣ ਲਾਹੌਰ ਆ ਗਿਆ, ਲਾਹੌਰ ਤੇ ਮੇਰਾ ਆਪਣਾ ਘਰ ਹੈ। ਤੇ ਮੈਂ ਇੱਥੇ ਬੜਾ ਸਾਈਕਲ ਚਲਾਇਆ, ਮੈਂ ਸਾਈਕਲ ਲਿਆ ਕਿਰਾਏ ਤੇ ਔਰ ਸਾਰਾ ਲਾਹੌਰ ਸਵੇਰ ਤੋਂ ਸ਼ਾਮ ਤੱਕ ਘੁੰਮਿਆ, ਡੇਰਾ ਸਾਹਿਬ ਗਏ, ਰਾਵੀ ਗਏ, ਬੜੀ ਦੂਰ ਦੂਰ ਗਏ, ਹੋਰ ਜਗ੍ਹਾ ਤੇ ਦੇਖੀਆਂ, ਆਪਣੇ ਜਗ੍ਹਾ ਤੇ ਗਏ ਹੀ ਗਏ, ਮਗਰ ਅਸੀਂ ਲਾਲਪੁਰ ਨਹੀਂ ਗਏ ਕਿਉਂਕਿ ਉਹ ਪਿੰਡ ਦੀ ਜਗ੍ਹਾ ਤੇ ਨਹੀਂ ਗਿਆ, ਦੂਰ ਪੈ ਜਾਂਦਾ, 2-2.5 ਘੰਟੇ ਦਾ ਗੱਡੀ ਚਲਾ। ਉੱਥੇ ਸਾਡੀ ਕੋਈ ਉਹ ਨਹੀਂ ਸੀ ਗੱਲ ਜਿੰਨੀ ਲਾਹੌਰ ਦੇ ਵਿੱਚ ਅਸੀਂ ਜਿਹੜਾ ਬਚਪਨ ਜਿਹੜਾ ਲਾਹੌਰ ਗੁਜ਼ਾਰਿਆ, ਕਿਉਂਕਿ ਲਾਹੌਰ ਉੱਥੇ ਤਾਂ ਸਰ 6-7 ਸਾਲ ਦੀ ਉਮਰ ਦੇ ਸੀਗੇ। ਅਤੇ ਇਹ ਦੱਸੋ ਵੀ ਹਾਕੀ ਦਾ ਮੈਚ ਹੋਇਆ ਪਾਕਿਸਤਾਨ ਇੰਡੀਆ ਦਾ, ਕੌਣ ਜਿੱਤਿਆ? ਜਿੱਤੇ ਜਿੱਤੇ ਦਾ ਸਾਨੂੰ ਪਤਾ, ਅਸੀਂ ਤਾਂ ਲਾਹੌਰ ਦੇਖਣਾ ਸੀ, ਲਾਹੌਰ ਦੇਖ ਲਿਆ। ਅੱਜ ਕੱਲ੍ਹ ਕਦੀ ਕਈ ਵਾਰੀ ਆਪਣੇ ਜਿਹੜਾ ਕ੍ਰਿਕਟ ਦਾ ਮੈਚ ਚੱਲਦਾ ਇੰਡੀਆ ਦੇ ਪਾਕਿਸਤਾਨ ਦਾ, ਇਹ ਦੋਨੇ ਮੁਲਕ ਇੱਕ ਦੂਜੇ ਨੂੰ ਜਿਹੜੇ ਜਿਹੜੇ ਆਵਾਮ ਆ ਗਾਣਾ ਕੱਢਦੀ, ਜੇ ਪਾਕਿਸਤਾਨ ਜਿੱਤ ਗਿਆ ਤੇ ਇੰਡੀਆ ਵਾਲੇ ਗਾਣਾ ਕੱਢਣੀ ਆ, ਜੇ ਇੰਡੀਆ ਜਿੱਤ ਗਿਆ ਤਾਂ ਪਾਕਿਸਤਾਨ ਗਾਣਾ ਕੱਢਣੀ ਆ, ਗਲਤ ਗੱਲ ਆ ਜੀ, ਲਾਹੌਰ ਦੁਆਰਾ ਗਿਆ ਹਾਕੀ ਮੈਚ ਦੇਖਣ, ਉਦੋਂ ਤਾਂ ਤੁਸੀਂ ਦੱਸਿਆ ਵੀ ਬੜਾ ਆਜ਼ਾਦੀ ਸੀ ਤੁਹਾਨੂੰ ਘੁੰਮਣ ਫਿਰਨ ਦੀ, ਕੋਈ ਮਸਲਾ ਕਰਾਉਣ, ਉਸ ਤੋਂ 10 ਸਾਲ ਬਾਅਦ ਫਿਰ 1965 ਦੀ ਲੜਾਈ ਲੜੀ ਆ ਇੰਡੀਆ ਤੇ ਪਾਕਿਸਤਾਨ ਨੇ। ਨਫ਼ਰਤ ਤੇ ਪਾਕਿਸਤਾਨ ਬਣਨ ਤੋਂ ਬਾਅਦ ਇਹੋ ਜਿਹੀ ਦੋਨਾਂ ਪਾਸੇ ਇਹੋ ਜਿਹੀ ਸਿਆਸਤ ਚੱਲੀ ਜਿਹੜੀ ਸਿਆਸਤ ਨੇ ਨਫ਼ਰਤ ਦੀਆਂ ਜੜ੍ਹਾਂ ਲਾ ਦਿੱਤੀਆਂ ਔਰ ਬੜੀ ਬੁਰੀ ਤਰ੍ਹਾਂ ਲਾ ਦਿੱਤੀ। ਸਿੱਖ ਕੌਮ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਸੀ ਉਹਨਾਂ ਨੂੰ ਕ੍ਰਿਮੀਨਲ ਕਰਾਰ ਦੇ ਦਿੱਤਾ। ਹੁਣ ਕਪੂਰ ਸਿੰਘ ਉਹਨਾਂ ਨੇ ਜਦੋਂ ਉਹਨਾਂ ਨੇ ਤ੍ਰਿਵੇਦੀ ਜਿਹੜਾ ਗਵਰਨਰ ਸੀ ਉਹਦੀ ਚਿੱਠੀ ਸਾਰਿਆਂ ਕੋਲ ਭੇਜੀ, ਡੀ ਸੀ ਕੋਲ ਭੇਜੀ, ਇਹ ਡੀ ਸੀ ਲੱਗੇ ਸਨ, ਇਹਨਾਂ ਨੇ ਆਪਣੀ ਡੀ ਸੀ ਦੀ ਨੌਕਰੀ ਛੱਡ ਦਿੱਤੀ, ਕਹਿੰਦਾ ਮੈਂ ਇਹਦੇ 'ਤੇ ਅਮਲ ਨਹੀਂ ਕਰ ਸਕਦੀ ਕਿ ਤੁਸੀਂ ਇਹਨਾਂ ਨੂੰ ਜਿਹੜਾ ਅੰਮ੍ਰਿਤਧਾਰੀ ਉਹਨੂੰ ਸਮਝੋ ਕਿ ਬਹੁਤ ਕ੍ਰਿਮੀਨਲ ਹੈ। ਅਤੇ ਸਿੱਖ ਉਹੋ ਜਿਹੀ ਚੀਜ਼ਾਂ ਜਦੋਂ ਸਰਕਾਰਾਂ ਕਰਨ ਲੱਗ ਜਾਣ ਅਤੇ ਇੰਨੀ ਨਫ਼ਰਤ, ਸਾਨੂੰ ਇੱਥੇ ਬੜੀ ਨਫ਼ਰਤ ਦਾ ਮੁਕਾਬਲਾ ਕਰਨਾ ਪਿਆ। ਸਾਡੀ ਅਗਰ ਇਹ ਦੱਸੋ 1947 'ਚ ਦੋ ਭਰਾ ਵੱਖਰੇ ਹੋਏ ਅਤੇ ਪੰਜਾਬ ਨੂੰ ਵੱਢਿਆ, ਪੰਜਾਬ ਵੱਖਰਾ ਕੀਤਾ, ਈਸਟ ਵੈਸਟ ਸਿੱਖਾਂ ਦਾ ਇੱਧਰ ਕਰਤਾ, ਮੁਸਲਮਾਨਾਂ ਦਾ ਉੱਧਰ ਬਣਾ ਦਿੱਤਾ, ਸਿੱਖਾਂ ਦਾ ਕੁਛ ਵੀ ਨਹੀਂ ਬਣਿਆ, ਸਿੱਖਾਂ ਦਾ ਨਾ ਇੱਧਰ ਨਾ ਉੱਧਰ, ਸਿੱਖਾਂ ਨੂੰ ਸਾਰਿਆਂ ਨੇ ਕ੍ਰਿਮੀਨਲ ਹੀ ਸਮਝਿਆ, ਦਲੀ ਦਾ ਵੱਖਰੇ ਹੀ ਸਮਝਿਆ। ਆਹ ਜਨਤਾ ਕੋਲੋਂ ਲੈ ਕੇ ਸਿੱਖ ਕਿੰਨਾ ਕਰਾਂ, ਅਤੇ ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ, ਪੰਜਾਬੀ ਮਰੇ, ਪੰਜਾਬੀਆਂ ਨੇ ਮਰੇ। ਨਹੀਂ ਨਹੀਂ ਪੰਜਾਬੀਆਂ ਦਾ ਵੀ ਨਹੀਂ ਹੋਇਆ, ਇਹ ਹੁਣ ਆਪਾਂ ਕਹਿਣ ਨੂੰ ਕਹਿੰਦੇ ਹਾਂ ਪੰਜਾਬੀ। ਹੁਣ ਤੁਸੀਂ ਦੇਖੋ ਜਿੰਨੇ ਹਿੰਦੂ ਹਿੰਦੀ ਪੰਜਾਬੀ ਮਤਲਬ ਇਹ ਹੋਈ ਸੂਬੇ ਦੀ ਗੱਲ ਹੈ, ਪੁੱਛੇਗਾ ਤੇਰੀ ਕਿਹੜੀ ਭਾਸ਼ਾ, ਕਹਿੰਦਾ ਲਿਖ ਲਾ ਹਿੰਦੀ, ਬੋਲਦਾ ਪੰਜਾਬੀ ਹੈ, ਇੱਕ ਲਫ਼ਜ਼ ਨਹੀਂ ਬੋਲ ਸਕਦਾ ਨਾ ਉਹਨੂੰ ਪਤਾ ਹੈ, ਮਗਰ
ਉਹਨਾਂ ਨੇ ਉਸ ਵਕਤ ਹਿੰਦੀ ਲਿਖਾਈ ਆਪਣੀ ਮਾਂ ਬੋਲੀ, ਜਿਹੜਾ ਮਾਂ ਬੋਲੀ ਆਪਣੀ ਨੂੰ ਗਲਤ ਲਿਖਾ ਸਕਦਾ ਹੈ, ਮਾਂ ਨਾਲ ਧੋਖਾ ਕਰ ਸਕਦਾ। ਇਹ ਤੁਹਾਡੀ ਗੱਲ ਹੋ ਗਈ ਆਪਣੇ ਵੀ ਇਹਦੀ ਭਾਸ਼ਾ ਦਾ ਮਸਲਾ, ਇਹ ਤਾਂ ਬਾਅਦ ਵਿੱਚ ਪਿਆ ਵੀ ਪਹਿਲਾਂ ਤਾਂ 47 ਵਿੱਚ ਦੋਨਾਂ ਭਰਾਵਾਂ ਨੇ ਜੁਦੇ ਹੋਏ, ਬਰਬਨੰਗਾ ਹੋਇਆ, ਕਤਲੇਆਮ ਹੋਇਆ, ਘਰ ਬਰਬਾਦ ਹੋਏ, ਉਸ ਤੋਂ ਬਾਅਦ ਵੀ 55 ਚ ਗਏ। ਜਿਹੜਾ ਹੈ ਉਹ ਵੀ ਕੋਈ ਕਾਰਨ ਨਹੀਂ ਸੀਗਾ, ਇਹ ਸਿਆਸੀ ਤੌਰ ਤੇ ਚਾਹੁੰਦੇ ਸੀ ਔਰ ਅੰਗਰੇਜ਼ਾਂ ਨੇ ਇਹਨਾਂ ਨੂੰ ਇਹ ਦੱਸ ਦਿੱਤਾ ਸੀ ਕਿ ਸਿੱਖ ਕੌਮ ਜਦ ਤੱਕ ਜੇ ਜਿੰਦਾ ਹੈ ਤਾਂ ਕੋਈ ਵੀ ਰਾਜ ਹੋਰ ਨਹੀਂ ਕਰ ਸਕਦਾ, ਇਹਨਾਂ ਨੂੰ ਮਾਰ ਕੇ ਹੀ ਰਾਜ ਹੋ ਸਕਦਾ। ਅੱਜ ਦਿਨ ਤੱਕ ਉਸ ਗਲਤੀ ਅਮਰ ਹੈ। ਅੰਗਰੇਜ਼ਾਂ ਨੇ ਕਿਹਾ ਬਿਲਕੁਲ, ਅੰਗਰੇਜ਼ਾਂ ਨੂੰ ਪਤਾ ਸੀ ਉਹ ਸਾਰਾ ਹਿੰਦੁਸਤਾਨ ਫਤਿਹ ਕਰ ਲਏ, ਉਹਨੂੰ ਕੋਈ ਤਕਲੀਫ ਨਹੀਂ ਆਈ। ਤਕਲੀਫ ਉਹਨਾਂ ਨੂੰ ਇੱਥੇ ਹੀ ਆ ਕੇ ਆਈ ਜਦੋਂ ਉਹਨਾਂ ਨੂੰ ਸਭਰਾਵਾਂ ਦੀ ਲੜਾਈ ਲੜਨੀ ਪਈ ਸਿੱਖਾਂ ਨੂੰ। ਪਤਾ ਸਿੱਖਾਂ ਡਰਦੇ ਨਹੀਂ, ਉਹ ਸਮਝਦੇ ਕਿ ਇਹਨਾਂ 'ਚ ਇਕੁਆਲਿਟੀ ਹੈ। ਇਹਨਾਂ ਨੇ ਉਸ ਵੇਲੇ ਵੱਡੇ ਵੱਡੇ ਜਿਹੜੇ ਹਮਲਾਵਰ ਸਨ ਉਹਨਾਂ ਨੂੰ ਇਹਨਾਂ ਨੇ ਇਹ ਉਹਨਾਂ ਦਾ ਮੁਕਾਬਲਾ ਕੀਤਾ। ਔਰ ਸਰ ਤੁਸੀਂ ਸਰ ਇਹ ਤਾਂ 47 ਦੀ ਗੱਲ ਹੋ ਗਈ, ਉਸ ਤੋਂ ਬਾਅਦ 55 ਤੁਸੀਂ ਲਾਹੌਰ ਗਏ, ਬੜੇ ਪਿਆਰ ਨਾਲ ਘੁੰਮੇ ਫਿਰੇ। ਇਹ ਥੋੜ੍ਹੇ ਸਮਾਂ ਬਾਅਦ ਹੀ ਕਿ ਦੋਨੇ ਮੁਲਕ ਆਪਸੇ ਲੜਨਾ ਪਿਆ, ਇਹਦੇ ਬਾਰੇ ਤੁਸੀਂ ਕੀ ਦੱਸੋ? ਉਹ ਲੜਾਈ ਤਾਂ ਸਿਆਸੀ ਸੀਗੀਆਂ, ਲੋਕਾਂ ਵਿੱਚ ਕੋਈ ਐਸੀ ਗੱਲ ਨਹੀਂ ਸੀ। ਲੋਕਾਂ 'ਚ ਤਾਂ ਅੱਜ ਵੀ ਹੈ ਨਹੀਂ, ਇੱਥੇ ਅਸੀਂ ਹੁਣੇ ਰਹਿੰਦੇ ਹਾਂ ਅਤੇ ਲੋਕ ਆਪਸ 'ਚ ਇੰਨਾ ਪਿਆਰ ਹੈ ਕਿ ਮੈਂ ਕੋਈ ਦੇ ਬੁੱਢ ਲੈਣ ਰਹੇ ਹਾਂ। ਉੱਥੋਂ ਦਾ ਜਿਹੜਾ ਮੌਲਵੀ ਸੀਗਾ ਉਹ ਮੇਰਾ ਮਿੱਤਰ ਸੀ, ਉੱਥੋਂ ਦਾ ਜਿਹੜਾ ਉਹਨਾਂ ਦਾ ਸੈਕਟਰੀ ਸੀ ਉਹ ਵੀ ਬੜਾ ਗੁਰਦੁਆਰੇ ਦੇ ਵਿੱਚ ਸੈਕਟਰੀ ਉਹਨਾਂ ਦੀ ਮਸਜਿਦ ਵਿੱਚ, ਉਹ ਮੇਰਾ ਖਾਸ ਮਿੱਤਰ ਸੀ। ਈਵਨ ਮੇਰੇ ਲੜਕੇ ਦੇ ਸ਼ਾਦੀ 'ਤੇ ਵੀ ਉਹ ਪਹੁੰਚਿਆ। ਮਤਲਬ ਅਸੀਂ ਸਾਡੇ ਭਾਈਚਾਰੇ ਦੇ ਤੌਰ 'ਤੇ ਇੱਕ ਦੂਸਰੇ ਨੂੰ ਬੜੀ ਰਿਸਪੈਕਟ ਹੈ, ਬੜੀ ਕਦਰ ਹੈ। ਯੂਬਾ ਸਿਟੀ ਵਿੱਚ ਵੁੱਡਲੈਂਡ ਵਿੱਚ ਆਪਣੇ ਪੰਜਾਬੀ ਮੁਸਲਮਾਨ ਵੀਰਾਂ ਦੀ ਪਾਕਿਸਤਾਨ ਤੋਂ ਬਹੁਤ ਵੱਡੀ ਪਾਪੂਲੇਸ਼ਨ ਰਹਿੰਦੀ ਆ, ਅਤੇ ਪੰਜਾਬ ਤੋਂ ਸਿੱਖਾਂ ਦੀ ਬਹੁਤ ਪਾਪੂਲੇਸ਼ਨ ਹੈਗੀ ਆ, ਸਾਰੇ ਇਕੱਠੇ ਇੱਕ ਦੂਜੇ ਨਾਲ ਕੰਮ ਕਰਦੇ ਵੀ ਹਾਂ, ਬੜਾ ਪਿਆਰ ਆ ਆਪਸ ਵਿੱਚ ਇੱਕ ਦੂਜੇ ਨਾਲ, ਕਦੀ ਹਮਦਰਦੀ ਕਰਦੇ, ਪੂਰੀ ਹਮਦਰਦੀ ਹੈਗੀ ਇੱਕ ਦੂਸਰੇ ਨਾਲ, ਪੂਰੀ ਹਮਦਰਦੀ ਹੈ, ਕੋਈ ਮਸਲਾ ਨਹੀਂ ਇਹੋ ਜਿਹਾ, ਮਤਲਬ ਨਹੀਂ ਸੋਚਿਆ, ਬਿਲਕੁਲ ਦੇਖੋ ਜੀ ਆਪਣੇ ਇੰਨੇ ਪੰਜਾਬੀਆਂ ਦੇ ਕਤਲੇਆਮ ਹੋਏ, ਨਫਸਾਂ ਬੁਲਾਈਆਂ, ਆਪਾਂ ਅੱਜ ਅਮਰੀਕਾ 'ਚ ਬੈਠ ਕੇ ਆਪਸ ਵਿੱਚ ਪਿਆਰ ਨਾਲ ਮੁਹੱਬਤ ਨੂੰ ਭੈਣ ਭਰਾਵਾਂ ਵਿੱਚ ਮਿਲਦੇ ਹਾਂ। ਮੈਂ ਹੁਣ ਆਪਸ ਮੇਰੇ ਬਹੁਤ ਸਾਰੇ ਕਸਟਮਰ ਮੁਸਲਮਾਨ ਨੇ, ਇੱਥੋਂ ਤੱਕ ਇੱਕ ਬਾਬਰ ਹੈ ਫੈਮਿਲੀ, ਉਹਦੇ 20-30 ਮੈਂਬਰਸ ਨੇ, ਉਹਦੇ ਆਪਣੇ ਬੱਚੇ ਵੀ ਮੇਰਾ ਖਿਆਲ 5-7 ਹੋਣੇ ਆ, ਇੱਥੇ ਕੰਮ ਕਰਦੇ, ਉਹਨਾਂ ਦੀ ਫੈਮਿਲੀ ਵੀ ਪਾਕਿਸਤਾਨ ਚਲਾ ਗਿਆ। ਉੱਥੋਂ ਜਾ ਕੇ ਉਹਨੂੰ ਕਹਿੰਦਾ ਕਿ ਤੁਸੀਂ ਉਹਨਾਂ ਨਾਲ ਹੀ ਡੀਲ ਕਰਨੇ। ਪਾਕਿਸਤਾਨ ਜਾਣ ਤੋਂ ਬਾਅਦ ਵੀ ਕਹਿੰਦਾ ਕਿ ਹੋਰ ਤਾਂ ਕਿਤੇ ਨਹੀਂ, ਉਹਨਾਂ ਕਹਿੰਦਾ ਅਸੀਂ ਕਿਤੇ ਹੋਰ ਜਾ ਹੀ ਨਹੀਂ ਸਕਦੇ, ਉਹ ਆਉਂਦੇ ਆ ਤਾਂ ਉਹ ਕਹਿੰਦਾ ਸਾਡਾ ਪਿਓ ਨਹੀਂ ਕਰਨ ਦਿੰਦਾ, ਉਹ ਕਹਿੰਦਾ ਕਿ ਤੁਸੀਂ ਹੋਰ ਤਾਂ ਨਹੀਂ ਜਾ ਸਕਦੇ। ਇੱਥੋਂ ਤੱਕ ਉਹਨਾਂ ਦੀ ਆਪਸ ਵਿੱਚ ਸਾਡਾ ਭਾਈਚਾਰਾ। ਆਪਣੇ ਹੋਰ ਪਾਕਿਸਤਾਨ ਵਾਲੇ ਜੋ ਬਚਪਨ ਜਦੋਂ ਉੱਧਰੋਂ ਉੱਧਰ ਤੁਸੀਂ ਰਹੇ ਹੋ ਉੱਥੇ ਲਾਹੌਰ, ਬਹੁਤ ਮਿੱਤਰ ਸਨ ਪਾਕਿਸਤਾਨ 'ਚ ਮੁਸਲਮਾਨ, ਕਿਸੇ ਦਾ ਨਾਂ ਯਾਦ ਹੈ ਲਾਹੌਰ ਵਿੱਚ? ਦੇਖੋ ਨਾਂ ਯਾਦ ਕਰਨ ਦਾ ਸਵਾਲ ਹੈ ਕਿ ਜਿਹੜੇ ਨਾਂ ਯਾਦ ਸੀ ਉਹ ਸਾਨੂੰ ਆਪਣੇ ਕਲਾਸ ਵਿੱਚ ਲਓਗੇ, ਉਹ ਵੀ ਉਦੋਂ ਯਾਦ ਸੀ ਕਿ ਹੁਣ ਉਸ ਤੋਂ ਬਾਅਦ ਜਿਹੜੇ ਪ੍ਰਾਇਮਰੀ ਕਲਾਸ ਦੇ ਬੱਚੇ ਤੀਸਰੀ ਚੌਥੀ ਵਾਲਿਆਂ ਦੇ, ਉਹ ਕਿੱਥੇ ਮੁੜ ਕੇ ਬਾਅਦ ਹੁਣ ਕਦੋਂ ਜਾ ਰਹੇ ਪਾਕਿਸਤਾਨ ਦੁਆਰਾ ਜੀ? ਜਾਣ ਨੂੰ ਤਾਂ ਮੈਂ ਕੀ ਹੁਣ ਸੋਚ ਰਿਹਾ ਜੀ, ਵਾਹਿਗੁਰੂ ਨੇ ਮੇਰ ਕੀਤੀ ਅਤੇ 550 ਸਾਲ ਦਾ ਜਿਹੜਾ ਪਾਕਿਸਤਾਨ ਦੇ ਵਿੱਚ ਜ਼ਰੂਰ ਜਾਣਾ ਸਾਹਿਬ ਅਤੇ ਕਰਤਾਰਪੁਰ ਜਾਣ ਦੀ ਬਹੁਤ ਖਾਹਿਸ਼ ਹੈ ਔਰ ਕੁਛ ਇਸ ਤਰ੍ਹਾਂ ਦੇ ਬੜੀ ਖੁਸ਼ੀ ਦੀ ਗੱਲ ਹੈ। ਮੈਂ ਅੰਕਲ ਜੀ ਮੈਂ ਹੁਣ ਪਾਕਿਸਤਾਨ ਜਾ ਕੇ ਆਇਆ, ਨਨਕਾਣਾ ਸਾਹਿਬ ਲਾਹੌਰ ਘੁੰਮਿਆ ਫਿਰਿਆ, ਲਾਹੌਰ ਬੜਾ ਸਾਫ਼ ਸੁਥਰਾ ਸ਼ਹਿਰ ਆ, ਲੋਕਾਂ ਨੇ ਬੜਾ ਇੱਜ਼ਤ ਮਾਣ ਦਿੱਤਾ, ਸਰਦਾਰਾਂ ਦੀ ਅੱਜ ਵੀ ਬਹੁਤ ਕਦਰ ਆ, ਬੜਾ ਪਿਆਰ ਕਰਦੇ ਆ, ਬਹੁਤ ਪਿਆਰ ਅੱਜ ਜੀ ਆਪਣੇ ਯੂਬਾ ਸਿਟੀ ਵਿੱਚ ਅੰਕਲ ਜੀ ਨਾਲ ਗੱਲਬਾਤ ਕੀਤੀ ਆ ਵੀ ਜੋ ਪਹਿਲਾਂ 1947 ਤੋਂ ਕਿੰਨਾ ਪਿਆਰ ਸੀਗਾ, ਇਹਨਾਂ ਨੇ ਬਚਪਨ ਲਾਹੌਰ 'ਚ ਗੁਜ਼ਾਰਿਆ, ਆਪਣੇ ਫੈਸਲਾਬਾਦ ਲਾਇਲਪੁਰ 'ਚ ਗੁਜ਼ਾਰਿਆ, ਆਪਣੇ ਦਿਲ ਦੀਆਂ ਪੁਰਾਣੀਆਂ ਗੱਲਾਂ ਦੱਸੀਆਂ ਵੀ 1955 'ਚ ਦੁਬਾਰਾ ਸਾਈਕਲ ਦੇ ਉੱਤੇ ਲਾਹੌਰ ਘੁੰਮਿਆ ਅਤੇ ਗੱਲਬਾਤ ਕੀਤੀ ਆ। ਪੰਜਾਬੀ ਲਹਿਰ ਟੀਮ ਸਰੋਤਿਆਂ ਅੱਗੇ ਨਵੀਂ ਤੋਂ ਨਵੀਂ ਕਹਾਣੀ ਲੈ ਕੇ ਆਊਗੀ। ਖੁਦਾ ਹਾਫਿਜ਼, ਸਤਿ ਸ਼੍ਰੀ ਅਕਾਲ।